हाँ जी, फिलहाल चार में सारे में ट्रैक्टर अपना हाल है स्टार्ट से आप चल पे स्टार्ट में लाइट भी आऊंगी। टाइम हो गया 10:30, लाइट आई तो है नहीं, कल नंबर चल रहे हैं जी। मोटर किया चला वो कुछ चलाया नहीं, पप्पा को चलाती कुत्र पट्ठे भी नहीं चलाते, अगले खेत तोड़ता ताया टायर मारूंगा लावे इतने बन जा भी रमाता से हम था पहला क्योंकि लाइट भी इन्हें मुड़के इतनी बिची रह गंढे पानी छटा पाया हेठा दो रामगिया दो क्यारियां रह गई अच्छा देखने हाले चाह बनावे टाइम थोड़ा होर हो जाते गर्मी बहुत करके रब चलो देखते अगे की बनना माहौल। मित्रों दे आता देखा नहीं भी अज हो बंगी के नाल मत्था रह गया पहले ही वड्डा गया पानी दे होना मत्था पे एक बार आज दे पई जाना पानी हले अद्धे बंगी आया क्यारा मतलब कि अद्धा रहिंदा है। हाँ मत्था रह गया तीन यार चार पाँच कम करता है चार तो सिरे पहुंच ही गया रमाया कला वो बंगी बंगी रहेगी चलो देखा है कोई नहीं रमा लगे बंगी दोबारे भर के रखी है 10 मिनट लगने चलो भी देखते हैं अगर ਕੀੜਾ ਮਾਰਨ ਪੱਠੇ ਵਰਨੀ ਪੱਠਾ ਦਾ ਮਤਲਬ ਕਿਆ ਹੈ ਪਹਿਲਾਂ ਹੈਗਾ ਸੀ ਇੱਥੇ ਪੱਟ ਤਾਂ ਹੁਣ ਤਾਂ ਸੈਲਰ ਆ ਗਏ ਅਤੇ ਕਿਹੜਾ ਲੰਮਾ ਹੁੰਦਾ ਇਹ 'ਚ ਲੱਗ ਤਾਂ ਜਾਣਗੇ ਕਹਿੰਦੇ 3 ਘੰਟੇ ਵੀ ਇੱਧਰ ਆਪਣੇ ਉਹ ਆ ਨਾ ਨਿੰਮਦਾ ਥਾਂ ਇੱਥੇ ਘਰ ਵੀ ਪੂਰੇ ਬਾਹਰ ਰਹਿੰਦੇ ਬੰਗੀ ਵੀ ਆਉਂਦਾ ਸਾਈਡ 'ਤੇ ਤਾਂ ਮੁਸ਼ਕਿਲ ਹੀ ਆ ਲੱਗਦਾ ਵੀ ਜਿਵੇਂ ਸਿਰੇ ਲੱਗਿਆ ਹੋਊ ਕਿਹੜਾ ਉਹ 2.5 ਘੰਟੇ ਤਾਂ ਪੀ ਜਾਂਦੇ ਪਾਣੀ ਇਹ ਇੱਥੇ ਸੀ ਪਹਿਲਾਂ ਪੱਠਾ ਆ ਜਗ੍ਹਾ 'ਤੇ ਹੁਣ ਇੱਥੇ ਬੀਤਿਆ ਜਾਂ ਜਾਂ ਵੀ ਦਿਖਾਉਣਾ ਸਾਨੂੰ ਠੀਕ ਹੈ ਜਾਂ लगभग नेड़ी लग गया पाया शायद टूटन भी है खड़ा बन थोड़ा ही है ही रहा थोड़ी टप ਸਾਈਡ ਜੀ ਤਾਂ ਬਹੁਤ ਆ ਗਈ ਇੱਕ ਸਾਈਡ ਜੀ ਦਾ ਨਾਲ ਵੀ ਘੰਟਾ ਕੁ ਲੱਗੂ ਚਲੋ ਵੇਖਦੇ ਹਾਂ ਲਾਈਟ ਵੀ ਨਾ ਉੱਡੀ 2 ਵਜੇ ਕਹਿੰਦੇ ਲਾਈਟ ਉੱਡੀ ਚੱਲੀ ਜਾਂਦੀ ਆ ਇਹ ਤਾਂ ਚਲੋ ਓਕੇ ਓਕੇ ਆਏ ਜਾਂ ਜਾਂ ਤਾਂ ਬਹੁਤ ਠੀਕ ਆ ਉਹਨਾਂ ਜਿੱਥੇ ਹੁੰਦਾ ਸੀ ਤਾਂ ਸਾਨੂੰ ਹਿੱਟਿਆ ਪਿਆ ਹੁੰਦਾ ਇੱਥੇ ਤਾਂ ਬਹੁਤ ਵਧੀਆ ਬਣਨਾ ਸੀ ਜਗ੍ਹਾ ਇਹ ਮਿਰਚਾਂ ਮਿਰਚਾਂ ਲੱਗੀਆਂ ਜੀ ਮੌਕੇ ਫੋਟੋ
ਆਪਣਾ ਤਾਂ ਹਲੇ ਕਿਆਰਾ ਮੱਥੇ 'ਤੇ ਤਾਂ ਹਲੇ ਪਹੁੰਚੇ ਨਹੀਂ ਪਾਣੀ। ਚਲੋ ਦੇਖਦੇ ਹਾਂ ਅੱਗੇ ਕੀ ਬਣਦਾ। ਠੀਕ ਆ ਜੀ ਮਿੱਤਰ, ਬੰਕੀ ਵੀ ਰਹੂੰਗੀ, ਥੋੜ੍ਹੀ ਮੋਟੀ ਰਹੇਗੀ, ਸੁੱਕੀ ਗਿੱਲੀ ਵੀ ਹੋਊਗੀ ਇੱਥੇ ਜੀ, ਮੱਥਾ ਜਿਹਾ ਥੋੜ੍ਹਾ ਜਿਹਾ ਇੱਧਰ ਘਰ ਵਾਲੇ ਕਾਲੇ ਖਾਂਦੇ ਆ, ਨਸ਼ੇ 'ਚ ਵੀ ਕਰਕੇ ਬੰਦ ਕਿਆਰੇ 'ਚ ਵੱਧਦਾ ਪਿੱਛੇ, ਮੱਥਾ ਵੱਢਦੇ ਆ ਹਰਾ ਛੇੜਦੇ ਆ ਚਾਰ ਲੰਮੇ ਘਰ ਕਰਕੇ ਬੰਦ ਚਾਹੁੰਦੇ ਲੋ ਮੱਥੇ ਇੱਕ ਚੀਜ਼ ਦਿਖਾਵਾਂ ਅਤੇ ਪਈ 'ਚ ਪਈ ਸੀ ਹੱਥ ਜਿਹਾ ਇਹ ਸੱਚ ਸੱਚ ਕੱਟਣ ਨੂੰ ਮੋਟਰ ਵਾਲੀ ਉੱਥੇ ਡਿੱਗੇ ਪਿਆ ਸੀ ਚੱਕ ਲਿਆ ਸ਼ਾਇਦ। ਇੱਧਰ ਇੱਕ ਬਾਈ ਗਿਆ ਸੀ ਉਹ ਮੀਟਰਾਂ ਵਾਲਾ ਸ਼ਾਇਦ, ਤਾਂ ਪਤਾ ਨਹੀਂ ਮੀਟਰਾਂ ਵਾਲੇ ਪਤਾ ਨਹੀਂ ਕੋਈ ਬਿਜਲੀ ਲੱਗੀ ਹੋ ਸੀ ਭੱਠੇ ਵਾਲੀ ਮੋਟਰ ਤਰਪੰਜੀ ਆਇਆ ਸੀ ਉੱਥੋਂ ਪਿਆ ਸੀ ਇੱਥੇ। ਚਲੋ ਰੱਖ ਦਾਂਗੇ ਇੱਥੇ, ਕੰਮ ਹੀ ਲੈ ਜਾਂਦਾ ਕਦੇ। ਮਰਜ਼ੀ ਨਾਲ ਹੱਥ ਲੱਗਦਾ ਦੀਪਾ ਨੂੰ ਹਾਂਜੀ। ਲਓ ਵੀ ਮਿੱਤਰੋ ਲਾਈਟਾਂ ਆ ਗਈਆਂ ਆਪਣੇ ਆਸੇ ਦੀਆਂ, ਕਈ ਦਿਨਾਂ ਤੋਂ ਆਈਆਂ ਇਹ ਮੰਗਵਾਈਆਂ ਅਸੀਂ ਰਾਤ ਕਿਸੇ ਨੂੰ ਕਹਿ ਕੇ ਵੀ ਲਿਆ ਦਿਓ। ਅਤੇ ਆਪਾਂ ਹੁਣ ਖੇਤ ਵੀ ਚੱਲਦੇ ਹਾਂ, ਲਾਈਟ ਆ ਗਈ ਤੇ ਕੱਲ੍ਹ ਵੀ ਸੀ ਦੁਬਾਰੇ ਆ ਗਈ, ਲੱਟਾਂ ਪਹੁੰਚ ਗਏ ਆਪਾਂ, ਲੱਟਾਂ ਲਾਵਾਂਗੇ ਖੇਤ ਫਿੱਟ ਕਰਾਂਗੇ ਇਹਨਾਂ ਦੀਆਂ। ਚਲੋ ਵੀ ਚੱਲ ਸੈਲਫ ਬਹੁਤ ਤਕੜਾ ਆ। ਇਹਨਾਂ ਦੀਆਂ ਬਾਸਲਾਂ ਪਾਉਣੀਆਂ ਪੈਣੀਆਂ, ਬਾਸਲਾਂ ਹੈ ਨਹੀਂ ਪਤਾ ਲੱਗ ਗਈ, ਇੱਕ ਤਾਂ ਲੱਗ ਗਈ, ਇੱਕ ਦੇ ਇਹਦੇ ਬਾਸਲਾਂ ਲਿਆਉਂਦੇ ਮੈਨੂੰ ਬਰੀਕ ਭਾਲ ਕੇ ਅੰਦਰੋਂ ਕੋਠੇ ਚੋਂ, ਤੇ ਕਾਹ ਲਾ ਦੇ ਚਾਰ ਅੱਠ ਬਾਸਲਾਂ ਪੈਣੀਆਂ ਕਰਦੇ ਹਾਂ। ਚੱਲ ਬਾਸਲਾਂ ਹੱਲ ਦੇਖਦੇ ਹਾਂ ਕੀ ਬਣਦਾ ਅੱਗੇ। ਇਹ ਤੇਜ਼ ਦਾ ਵਧੀਆ ਲੱਗਣ ਲੱਗ ਗਿਆ ਦੋ ਕਿੱਲਿਆਂ ਚ ਪਾਣੀ, ਇਹਨਾਂ ਚ ਇੱਕ ਕਿਆਰੀ ਨਾ ਮੈਂ ਸਾਰੀ ਰਾਤ 'ਚ ਪਹਿਲਾਂ ਲੈਟ ਲੂਟ ਕਰ ਲਿਆ, ਇੱਕ ਰਹਿ ਗਿਆ ਸੀ ਕਿੱਧਰ ਰਹਿੰਦਾ ਹਾਲੇ ਪਹੀ ਨਾਲ ਇੱਕ ਪਰੇ ਰਹਿੰਦਾ, ਇੱਕ ਕਿਆਰੀ ਨਾ ਮੈਂ ਇਹ 'ਚ ਦੋ ਕਿੱਲੇ 'ਚ ਇੱਕ ਅੱਧਾ ਗਿਆ ਸੀ ਇੱਕ ਸੋਹਣਾ ਪਾਣੀ ਤਾਂ ਚੱਲੀ ਜਾਂਦਾ ਗੱਲ ਕਰ, ਦੇਖਦੇ ਵੀ ਰਮਿਆ ਕਿ ਨਹੀਂ ਰਾਤ ਵਾਲੀ ਫਰੀ ਫਰੀ ਖਾ ਗਿਆ ਦੋ ਕਿੱਲੇ ਨਾ। ਲਓ ਜੀ ਕਿਆਰਾ ਤਾਂ ਭਰ ਗਿਆ, ਮੱਥੇ ਹੀ ਰਹਿ ਗਿਆ ਇਹਦਾ ਵੀ ਸਾਰਾ ਜੀ, ਥੋੜ੍ਹਾ ਜਿਹਾ ਨਿਗਾਹ ਮਿਲੂ ਹੋਰ ਚੱਲ ਜਾਂਦੇ ਹੁੰਦੇ ਹਾਂ 20-25 ਮਿੰਟ ਹਜੇ ਮੱਥੋਂ ਫਿਰ ਹੀ ਪਤਾ ਹੈ ਜਿਹੜਾ ਮੱਥਾ ਰਹਿ ਗਿਆ ਦੁਬਾਰਾ ਇੱਥੇ ਹੀ ਰਹਿ ਜਾਂਦਾ। ਚਲੋ ਦੇਖਣੇ ਕਿਹਾ ਗਰਮੀ ਕਰਕੇ ਰੱਬ ਹੁਣ ਦਿਨ ਆ ਗਏ ਰੱਬ ਦੇ ਗਰਮੀ ਵਾਲੇ ਤਾਂ ਕਰਕੇ ਨਿਆਸੇ ਦੀਆਂ ਦੇਖਦੇ ਲਾਉਂਦੇ ਹਾਂ ਤਾਂ ਤੁਰਾਂ ਤਿੱਟਾਂ ਦੀਆਂ। ਲਓ ਇੰਨੇ ਆਪਾਂ ਕਰਦੇ ਹਾਂ ਜੀ ਲਾਈਟਾਂ ਲਈ ਤਾਰ ਤਿਆਰ ਆ, ਅਤੇ ਚੇਪੀ ਲਾ ਕੇ ਇੱਦਾਂ ਡਬਲ ਤਾਰ ਆਪਾਂ ਗਰਮੂ ਦੇ ਪਹੁੰਚਾ ਦਿਆਂਗੇ, ਫਿਰ ਇਸ ਤੋਂ ਬਾਅਦ ਉੱਥੇ ਲਾਈਟਾਂ ਕੋਲ ਜਾ ਕੇ ਉਹ ਕਰ ਲਾਂਗੇ। ਚਲੋ ਵੇਖਦੇ ਹਾਂ ਕਿ ਲਾ ਕੇ ਦਿਖਾਉਂਦੇ ਹਾਂ। ਲਓ ਜੀ ਤਾਰ ਹੋ ਗਈ ਤਿਆਰ ਆਪਣੀ ਬਣ ਕੇ, ਕਾਲੀ ਟੇਪ ਲਪੇਟ ਕੀਤੇ
पूरी जमा ओके बन गई। चलो करते हैं फिटिंग इतनी होती है एक बार इसमें खोलने पैणगे इन्होंने नट जी खोल के ये जो प्लग बाहर कटने पैणगे पीस कास है नहीं अंदर। चल कोई होल जुगाड़ करते हैं खोल भी खोल जा रहे। चलो खोलते हैं अगे मित्रों क्यार आ गया भार अपना भी बढ़ता सी पहली तो हूँ बढ़ के उधर इधर आ गया मैं देखता ही भर जी कि भर गया सिरे लग गया बामण ब्राह्मण आना इतने पानी भलाई जो तंग आ भी अज तो अगे तो सैले वैलिया रहना अज तंग बनाने फिर चाह चू बना के फिर वर्डा मोटर का पानी ने उसका गया बार गर्मी बहुत तंग करती है टूपा चक के लिया देखता मोटरसाइकिल लेके आ गया वो घरों दिया लाइट आ गया। चलो देखने अगे लो जी मित्र आ भी अपना गहरा भर गया सी ए सरता खून जो है भी रहा गया अभी घंटा लग गई योगे आप चक लेने लाइटा करते हैं उन्होंने फिटिंग समा के बल टूबा ही मित्र लाती तारा भी अपना करती चुके कला अर्थ रहेगा ना उन्होंने आ तार अपना करती इतनी आ सोचना डबल आ गई डबल पॉइंट आ गई करंट वाली रहेगी यदि अर्थ आप सीधी देते हैं बैटरी तो बैटरी तो हले तो कपैन वाली आप अड्डी धरनी है फिर आप तार ना ला के देखी चला के देखी चल पी बैटरी वाला भी हले कच्ची सी कम तार लाती हूँ तार जी उ बस इधर की सीधी वो हैगी सराख आदि पा सीधा रड बस ये पत्ती पी है घर वो बना चढ़ा देंगे अपने डेक भी हले खुल पे डेक तो डेक भी एक पॉइंट ही चलता डेक का भी आई सी एक चलता नहीं कदम चलाइया हुई फिर अपने तार थोड़ी छोटी रही चल तार तो होर पा दें घर जाके पहले। चलो ठीक है फिर अब तो ब्लॉग बैठे दो दिन का कट्ठा वैसे करा इन कोई नहीं होर मोडिफिकेशन ये कोई ना कोई भी स्प्रिंग जो बिच निकलेगा कितने चुके ये भी पावे। चलो ओके बाय टाटा।